Yeah.
responsibility. का जो माता का जिक्र उन्होंने बेटे मास्टर रजीत सिंह जी उन्होंने बच्चिया बीबी मनजीत कौर तेरा क्या मेरा Thank you.
Thank you.
बहुत ही प्यारे बोले फादर मालिक के नाम के पुत्र माचू जी सरदार मजीद सिंह कोजी साहब उन्होंने अंतिम अरदास के सतगुरु जी ने क्या जाना कि हम मरेंगे कैसा मरना हुए किसी को कोई पता नहीं कल कितने किस तरह मौत नहीं होना है इंसान खेलता फिरता है अपनी मौज के बिच मौत का झटका पता नहीं किनू कितने तक पता चलता है सतगुरु जी कहते साधु रचना राम बनाई एक दिन सहित अस्त माना से जात
ਸਾਰਾ ਪੂਰੀ ਮਰਜ਼ੀ ਦੇ ਨਾਲ ਉਹ ਬਾਤਾਂ ਉਹ ਗੱਲਾਂ ਹੋ ਰਹੀਆਂ ਨੇ ਜੋ ਅਨੁਕੂਲ ਸਾਹਿਬ ਮੇਰੇ ਜੋ ਮੇਰੇ ਮਾਲਕ ਨੂੰ ਭਾਉਂਦਾ ਧੰਨਵਾਦ ਸਾਡੇ ਅੱਜ ਤੱਕ ਮੈਂ ਜੋੜ ਕੇ ਸਾਡੇ ਹੱਥਾਂ ਦੇ ਵਿੱਚੋਂ ਬਾਜੀ ਬੀਤ ਚੁੱਕਿਆ ਨਿਕਲ ਚੁੱਕਿਆ ਇਸ ਕਰਕੇ ਆਪ ਜੀ ਕਿਰਪਾ ਕਰਿਓ ਆਪ ਜੀ ਦਾ ਸੁਭਾਅ ਹੈ ਅਮਲੀ ਗਣਤ ਦਾ ਗਣੀਆਂ ਕਾਈ ਆਪਣਾ ਮਿਲ ਦਾ ਪਛਾਣ ਸਤਿਗੁਰੂ ਜੀ ਦੇਖਾ ਕਹਿੰਦੇ ਨਾ ਛੁੱਟੀਆ ਕਹਿੰਦਾ ਕਹਿੰਦਾ ਭੁਗਤਨ ਹਾਰ ਜੇ ਕਿਤੇ ਤੁਸੀਂ ਸਾਡੀਆਂ ਕੀਤੀਆਂ ਹੋਈਆਂ ਦੇ ਦੇਖਿਆ ਚੁੱਕਿਆ ਦੇ ਵਿੱਚ ਪੈ ਗਏ ਫਿਰ ਤਾਂ ਸਾਡੇ ਕੋਲ ਕਿਤੇ ਨਿਕਲਦੀ ਥਾਂ ਨਹੀਂ ਇਸ ਕਰਕੇ ਆਪ ਜੀ ਬਖਸ਼ਣ ਹਾਰ ਬਖਸ਼ਲਾ ਨਾਨਕ ਪਾਰ ਉਤਾਰ ਆਪ ਜੀ ਦਾ ਬਿਰਦ ਬਿਰਦ ਕਹਿੰਦੇ ਸੁਭਾਅ ਰਿਸ਼ਤੇਦਾਰ ਸਾਥ ਸੰਬੰਧੀ ਮਿੱਤਰ ਪਿਆਰੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਖੁੱਲ੍ਹ ਕੇ ਸਾਡੇ ਵਿੱਚ ਬੈਠਿਆ ਸਾਰੇ ਜੀ ਸਭ ਦੇ ਮਨ ਦੇ ਵਿੱਚੋਂ ਨਿਕਲੇ ਮੁਕਦਮਾ ਦੀ ਲੋਕ ਉਸ ਬਹੁਤ ਹੀ ਮਾਨ ਸਤਿਕਾਰ ਜੀ ਜੀ ਨੂੰ ਆਪਣੇ ਸਾਰੇ ਹੋਵੇ ਕਿਉਂਕਿ ਗੱਲਾਂ ਕਰਨ ਦਾ ਬੜਾ ਜੀ ਕਰਦਾ ਹੈ ਉਹਨਾਂ ਦੇ ਬਾਰੇ ਉਹ ਬਾਅਦ ਦੇ ਵਿੱਚ ਭੱਠੀਆਂ ਉਹਨੇ ਬੈਠੇ ਉਹਨਾਂ ਦੇ ਚਰਨਾਂ ਪਾਉਣਾ ਹੈ ਕਿਉਂਕਿ ਜੇ ਹੁਣ ਆਪਾਂ ਗੱਲਾਂ ਕਰੀਏ ਤਾਂ ਅਰਦਾਸ ਦੇ ਵਿੱਚ ਤਾਂ ਕਿਹਨਾਂ ਗੱਲਾਂ ਦੇ ਉਪਦੇਸ਼ ਕੇਵਲ ਗੁਰੂ ਮਹਾਰਾਜ ਜੀ ਦੀ ਬਾਣੀ ਹੈ ਜਿਹਨੇ ਸਾਰੇ ਆਪਣਾ ਅਤੇ ਆਪਾਂ ਇਕੱਠੇ ਵੀ ਹੁੰਦੇ ਹਾਂ ਅਤੇ ਅਰਦਾਸ ਕਹਿੰਦੇ ਨੇ ਕੀ ਵੀ ਅਰਦਾਸ ਹੁੰਦੀ ਹੈ ਭਗਵਾਨ ਕਹਿੰਦੇ ਅਰਦਾਸ ਜਦੋਂ ਬੜੀ ਸਾਹਿਬ ਰਿਟਾਇਰ ਹੋ ਕੇ ਆਏ ਨੇ ਮੈਨੂੰ ਵੀ ਮੰਗੀ ਉਹ ਤਾਜ਼ੀ ਤਾਜ਼ੀ ਵਧੀਆ ਅਤੇ ਧੰਨਵਾਦ ਕਹੀ ਆਪਣੇ ਬੁੱਢੇ ਦੀ ਕਹਿੰਦਾ ਬੇਟਾ ਸਾਡਾ ਕਲਾਸ ਪਹਿਲਾਂ ਸੀ ਉਹਨਾਂ ਦੇ ਰਾਹੀਂ ਜਾਣ ਪਛਾਣ ਸਾਡੇ ਅਤੇ ਉਹ ਪਿਆਰ ਪਿਆ ਜਿੱਧਰ ਨੂੰ ਜਾਣਾ ਇਕੱਠੇ ਜਿੱਧਰ ਨੂੰ ਜਾਣਾ ਇਕੱਠੇ ਕਈ ਵਾਰ ਮੈਂ ਆਉਂਦਾ ਕਰਦਾ ਹਾੜੀ ਦੇ ਦਿਨਾਂ ਦੇ ਵਿੱਚ ਤਕਰੀਬਨ ਅਤੇ ਆਪਣੇ ਸੈਰ ਪੈਰ ਵੀ ਜਾਂਦੇ ਹੁੰਦੇ ਉਹਨੇ ਨਾਲ ਹੀ ਧਰਮ ਲਿਆ ਜਾਂਦਾ ਅਤੇ ਗੁਰਜੀ ਨੇ ਕਹਿਣਾ ਵੀ ਮੰਤ ਜੀ ਭਾਵੇਂ ਗੁਰਮਤ ਦੇ ਵਿੱਚ ਇਸ ਕਿੱਤੇ ਦਾ ਪ੍ਰਚਲਿਤ ਕੀਤਾ ਗਿਆ ਪਰ ਰਾਹ ਕਹੇ ਵਾਲੀ ਗੱਲ ਹੁੰਦੀ ਹੈ ਕੋਈ ਭੀੜ ਦੇ ਵਿੱਚ ਰੋਇਆ ਪੈਂਦਾ ਕੋਈ ਜੰਗਲ ਦੇ ਵਿੱਚ ਰੋਇਆ ਪੈਂਦਾ ਹੈ ਉਹ ਦੁੱਖਾਂ ਰਿਸ਼ਤਾਂ ਦੇ ਆਪਣੇ ਰਾਹ ਦਿੰਦੇ ਪੈਂਦੇ ਵੀ ਜਦੋਂ ਕੋਈ ਦੁੱਖ ਰਹੇ ਸਿਰਦੇ ਪੈ ਤਾਂ ਜਿਹਦੇ ਪੈਸਾ ਉਹਨੂੰ ਕੁਛ ਨਹੀਂ ਹੋਊਗਾ ਭਾਵੇਂ ਉਹ ਕਿੱਡਾ ਹੀ ਵੱਡਾ ਕਾਰੋਬਾਰੀ ਹੋਵੇ ਕਿੱਡੇ ਹੀ ਪੈਸੇ ਵਾਲੇ ਪਿਆਰ ਕੱਟਿਆ ਸੰਗਤ ਦਾ ਕਿਉਂਕਿ ਰਿਸ਼ਤੇਦਾਰ ਜਿੱਥੇ ਆ ਕੇ ਸਾਥ ਸੰਬੰਧੀ ਪਹੁੰਚ ਰਹੇ ਹੋ ਉੱਥੇ ਰਿਸ਼ਤੇਦਾਰਾਂ ਵੱਲੋਂ ਸਾਥ ਸੰਬੰਧੀਆਂ ਵੱਲੋਂ ਬਹੁਤ ਹੀ ਉਹਨਾਂ ਦੇ ਜਿਹੜੇ ਉਸ ਪਿਆਰ ਦੇ ਵਿੱਚ ਬੱਚੇ ਦਾ ਰਿਸ਼ਤੇ ਉਹ ਪਹੁੰਚ ਗਏ ਬਹੁਤ ਹੀ ਰੰਗ ਘਰਾਂ ਦੇ ਵਿੱਚ ਤਾਂ ਆਪਾਂ ਕਹਿ ਨਹੀਂ ਸਕਦੇ ਸਮਝੀ ਹੁੰਦਾ ਭਾਵੇਂ ਕੁੜੀ 'ਚ ਦੋ ਭਾਂਡੇ ਲੈ ਲਾਂਗੇ ਚੱਕਰ 'ਚ ਤਾਂ ਬੰਦਾ ਬੰਦੀ ਦੂਜੇ ਦੀ ਵਾਲਾ ਹੀ ਆਈ ਜਾਂਦੇ ਸਨ ਕੋਈ ਪੁੱਛਦੇ ਪਰ ਜੇ ਕਿਤੇ ਉਦੋਂ ਬਾਹਰ ਦੀ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਤਾਂ ਥੋੜ੍ਹਾ ਬਹੁਤਾ ਵੱਡੇ ਤੋਂ ਵੱਡਾ ਭਾਵੇਂ ਕਿੱਡੇ ਤੋਂ ਕਿੱਡੇ ਆ ਬਾਬਾ ਭਗਤ ਨੇ ਮਨ ਲੱਗ ਗਿਆ ਜੇ ਕੋਈ ਇੱਦਾਂ ਸਹੀ ਵਜੋਂ ਤਾਂ ਦੇਖੋ ਕਿ ਮੈਂ ਇੱਥੇ ਆਉਂਦਾ ਹੀ ਬੈਠਿਆ ਪਰ ਆਪਣੇ ਮੈਂ ਕਿਹਾ ਕਿ ਕਿਸੇ ਦਾ ਥੋੜ੍ਹਾ ਬਹੁਤਾ ਹੋ ਜਾਂਦਾ ਪੁੱਛੀ ਵਜੋਂ ਦਾ ਆਪਣੇ ਵੀ ਕਿਤੋਂ ਤਰਕੀ ਹੁੰਦੀ ਹੈ ਪਰ ਜਿੱਥੇ ਜਾ ਕੇ ਬੇਟੋ ਬਾਹਰ ਦੀ ਗੱਲ ਆਉਂਦੀ ਹੈ ਅੱਜ ਕੋਈ ਵੀ ਬਾਹਰ ਕੱਢ ਕੇ ਨਹੀਂ ਕਹਿ ਸਕਦੇ ਕਿ ਆਹ ਮੁਸਲਿਮ ਕਦੇ ਮੈਂ ਲੜਦਾ ਦੇਖਿਆ ਹੋਵੇ ਜਾਂ ਮੈਨੂੰ ਕਦੇ ਕੋਈ ਵੀ ਕਹੀ ਹੋਵੇ ਕਿੰਨੇ ਵਧੀਆ ਸੁਭਾਅ ਦੇ ਮਾਲਕ ਜਿੱਥੇ ਜਾਣ ਦੀ ਗੱਲ ਹੈ ਕਾਰ ਨੂੰ ਵਰਤ ਜਾਂਦੇ ਨੇ ਹੱਸਦੇ ਖੇਡਦੇ ਪਰਿਵਾਰ ਗੱਡੀਆਂ ਦੇ ਵਿੱਚ ਬੈਠੇ ਜਾਂਦੇ ਨੇ ਕੋਈ ਜਾਣ ਕਦੇ ਨਾ ਜਾਣੇ ਕਾਲ ਕਿਆ ਕਰਦਾ ਰਹੇ ਕਦੇ ਪਤਾ ਨਹੀਂ ਕਾਲ ਦਾ ਕਦੋਂ ਝੁੱਕ ਪੈ ਜੇ ਕਦੇ ਭੱਜ ਜੇ ਪਾਸਾ ਰਹੇ ਜਿਹਨਾਂ ਦੇ ਮੋੜ ਕਰਕੇ ਮੋੜ ਕਰਕੇ ਵੀ ਉਹਨਾਂ ਲੋਕਾਂ ਦਾ ਹੱਥ ਕਰੇ ਮੰਦੀ ਇਸ ਤਰ੍ਹਾਂ ਜਵਾਬ ਦਿੱਤਾ ਤੋ ਜਾਂਦੇ ਆ ਘਰੋਂ ਖੁਸ਼ੀਆਂ ਦੇ ਨਾਲ ਗੁਰੂ ਮਹਾਰਾਜ ਜੀ ਦੇ ਬਾਣੀ ਦਾ ਉਹਨਾਂ ਦੇ ਸ਼ਬਦਾਂ ਦੀ ਸਾਂਝ ਆਪਾਂ ਪਾਈ ਬੈਠਾ ਤੋਂ ਕਹਿੰਦਾ ਕਰਨਾ ਕਿਰਪਾ ਕਰਨਾ ਕਿਉਂ ਨਾ ਹਰ ਮੂਰਖ Thank you.
ये कर दे
I'm the one who made you.
I'm gonna go to the hospital.
Oh,
ஆனா கூட Yeah.
ਕਿ ਅਰਦਾਸ ਬਿਨ ਬੋਲਿਆਂ ਸਭ ਕੁਛ ਜਾਣਦਾ ਕਿ ਸਾਕਰ ਪਿੱਛੇ ਅਰਦਾਸ ਇੱਕ ਓਂਕਾਰ ਨੇ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਸ੍ਰੀ ਭਗਵਤੀ ਜੀ ਦੀ ਪਾਸੇ ਮੁਸਲਿਮ ਪੌੜੀ ਸ੍ਰੀ ਭਗਵਤੀ ਸਭ ਕੇ ਗੁਰੂ ਨਾਨਕ ਲਈ ਧਿਆਏ ਫੇਰ ਅੰਗਦ ਗੁਰ ਤੇ ਅਮਰਦਾਸ ਲਾਂਦਾ ਸਹਿ ਸਹਾਇ ਅਰਥਾ ਗੁਰ ਦੇ ਨਾਮ ਸੇ ਵਾਸ ਜੀ ਅਰਦਾਇ ਸ੍ਰੀ ਕ੍ਰਿਸ਼ਨ ਕੇ ਆਏ ਜਿਸ ਦੇ ਚਾਂ ਸਭ ਕੁਛ ਜਾਏ ਫੇਰ ਬਾਦ ਸਿਮਰਿਆ ਤਾਰੇ ਰੰਗ ਦੀ ਆਵਾਜ਼ ਤਾਏ ਸਹਾਇ ਹੋ ਜੀ ਸਹਾਇ ਦਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਿੱਠਾ ਵਜੋਂ ਲੋਏ ਅਮਰਤ ਕੇ ਦਾਤੇ ਦੋ ਜਹਾਨ ਬਾਦੀ ਹਰ ਪੰਤ ਕੇ ਰਤਨ ਕਰ ਕੁਛ ਸਤਾਈ ਹੋ ਜੀ ਸਹਾਇ ਸਤਾਈ ਹੋ ਜੀ ਸਹਾਇ ਸਤਿ ਸ੍ਰੀ ਅਕਾਲ ਜੀ ਸਰਬੋਤਮ ਜੀ ਦਸਵਾਂ ਪਾਤਸ਼ਾਹ ਜੀ ਦੀ ਆਤਮਿਕ ਜੋਤ ਧਰਨ ਧਰਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਪੁੱਤਰਾਂ ਦੇ ਟੋਟੇ ਟੋਟੇ ਕਰਵਾ ਕੇ ਹਰ ਗਲ ਵਿੱਚ ਗਵਾਏ ਸਿੱਖੀ ਸਿਰਫ ਭਰੋਸਾ ਨਿਹਾਰਿਆ ਜੀ ਆਪ ਜੀ ਦੇ ਭਾਣੇ ਦੀ ਪੂਜਾ ਕਰਕੇ ਮੈਨੂੰ ਕਿਹਾ ਸਿੰਘਾਂ ਸਿੰਘਣੀਆਂ ਭਚੰਗੀਆਂ ਜੀ ਕੀ ਨੇਕ ਕਮਾਈ ਕਰ ਧੰਨ ਕਰ ਖਾਲਸਾ ਜੀ ਸਤਿਗੁਰੂ ਜੀ ਰਿਤਮਾ ਸਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਵਤ ਖਾਲਸਾ ਜੀ ਵਾਹਿਗੁਰੂ 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 ਜੀ ਚਿਤ ਆਪਣ ਦਾ ਸਦਕਾ ਸਰਬ ਸੁਖ ਹੋਵੇ ਜੀ ਜਹਾਂ ਜਹਾਂ ਨੂੰ ਖਾਲਸਾ ਸਰਬ ਪੰਨ ਪੰਨ ਵਿਚਾਰ ਆਇਤ ਦੇਖ ਦੇਖ ਬਦੇ ਬਿਰਦਗੀ ਪਾਜਰਾ ਪੰਥ ਕੀ ਜੀਤ ਸ੍ਰੀ ਸਾਹਿਬ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਆਪ ਜੀ ਦਾ ਉਹਨਾਂ ਨਾਲ ਪਿਆਰ ਅਤੇ ਉਹਨਾਂ ਦਾ ਆਪ ਜੀ ਦੇ ਨਾਲ ਪਿਆਰ
ਜੋ ਆਪ ਜੀ ਐਡੇ ਵੱਡੇ ਇਕੱਠ ਦੇ ਰੂਪ ਦੇ ਵਿੱਚ ਸੰਗਤ ਰੂਪ ਦੇ ਵਿੱਚ ਪਹੁੰਚੇ ਹੋ, ਅਰਦਾਸ ਬੇਨਤੀ ਹੋ ਚੁੱਕੀ ਹੈ, ਅਗਲੀ ਜਿਹੜੀ ਕਾਰਵਾਈ ਹੈ ਉਹ ਮੈਂ ਬੇਨਤੀ ਕਰੂੰਗਾ ਸਰਦਾਰ ਬਲਵੰਤ ਸਿੰਘ ਜੀ, ਡਾਕਟਰ ਸਾਹਿਬ ਭੱਟੀ ਸਾਹਿਬ ਉਹਨਾਂ ਨੂੰ ਕਿ ਉਹ ਆ ਕੇ ਸੰਭਾਲਣ, ਜਿਹੜਾ ਸ਼ਰਧਾਂਜਲੀ ਦੇ ਸਮਾਰੋਹ ਹੈ, ਕਿਰਪਾ ਕਰਨ ਡਾਕਟਰ ਸਾਹਿਬ ਸਰਦਾਰ ਬਲਵੰਤ ਸਿੰਘ ਜੀ ਭੱਟੀ ਸਾਹਿਬ ਜੀ। ਮਾਸਟਰ ਅਮਰਜੀਤ ਸਿੰਘ ਜੀ ਅੰਤਮ ਅਰਦਾਸ ਸ਼ਰਧਾਂਜਲੀ ਅਰਪਣ ਕਰਨ ਵਾਲੀ ਸਾਧ ਸੰਗਤ ਜੀ, ਬੁਲਾਓ ਫਤਿਹ ਕਰੋ ਰਸਨਾ ਪਵਿੱਤਰ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠੇ ਜਦੋਂ ਇਹਨਾਂ ਦਾ ਓਟ ਆਸਰਾ ਲੈਂਦੇ, ਜਦੋਂ ਸਾਡੇ ਦਿਲ ਦੇ ਉੱਤੇ ਸੱਟ ਵੱਜਦੀ ਹੈ, ਅਤੇ ਸੱਟ ਵੀ ਇਹੋ ਜਿਹੀ ਵੱਜਦੀ ਹੈ ਕਿ ਵੀ ਜੋ ਸਹਿ ਨਹੀਂ ਹੁੰਦੀ, ਅਸਹਿ ਹੁੰਦੀ ਆ, ਫਿਰ ਉਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹਾਂ, ਇਹਦੇ ਵਿੱਚ ਪੜ੍ਹੀ ਹੋਈ ਬਾਣੀ ਉਹਨੂੰ ਸੁਣਦੇ ਹਾਂ। ਸਹਿਜ ਪਾਠ ਕਰਾਉਣ ਦਾ ਹੀ ਮਤਲਬ ਇਹ ਹੁੰਦਾ, ਔਰ ਸਾਨੂੰ ਸਾਡੇ ਰਹਿਬਰ ਬਾਣੀ ਦੇ ਰਾਹੀਂ ਕਹਿੰਦੇ ਆ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਦੇ ਸ਼ਾਦ ਸਗਲ ਜੰਜਾਲ। ਜੋ ਆਇਆ ਉਹਨੇ ਬੇਸਣਾ ਗਾ, ਜੋ ਪੈਦਾ ਹੋਇਆ ਉਹਨੇ ਚਲੇ ਜਾਣਾ। ਮਨੁੱਖ ਨੂੰ ਧਰਵਾਸਾ ਦਿੰਦੇ ਹੋਏ ਮਨੁੱਖ ਨੂੰ ਗੁਰਬਾਣੀ ਦੇ ਵਿੱਚ ਫਿਰ ਦਰਿਆਵੈ ਕੰਨਾ ਵਗਦਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤੁਸ ਰੱਬ ਦੇ ਕੇਲਾਂ ਬਿਸਰੀਆਂ, ਜੋ ਮਨ ਚੇਤਨ ਅਚੇਤੇ ਸਨ ਸੋ ਗਾਲੇ ਰੱਬ ਦੀਆਂ। ਹੱਸਦਾ ਖੇਡਦਾ ਪਰਿਵਾਰ ਪਹਿਲਾਂ ਬਾਬਾ ਭਗਵਾਨ ਦਾ ਜੀ ਕਮਲ ਦੇ ਫੁੱਲ ਦੀ ਉਦਾਹਰਨ ਦੇ ਕੇ ਗਏ ਆ, ਉਪਜਣਾ ਬਿਨਸਣਾ ਬਿਨਸਣਾ ਉਪਜਣਾ, ਕੁਦਰਤ ਦਾ ਨਿਯਮਾ ਪਰਮਾਤਮਾ ਦਾ ਨਿਯਮਾ। ਸੋ ਜੋ ਗੁਰਬਾਣੀ ਦੇ ਵਿੱਚ ਆਇਆ ਉਹਦੇ ਮਹਾਰਾਜ ਸਾਨੂੰ ਹੋਰ ਸਪਸ਼ਟ ਕਹਿੰਦੇ ਹੈਗੇ ਵੀ ਜੇ ਮਨੁੱਖ ਹੈਗਾ ਜਿਹੜਾ ਮੌਤ ਨੂੰ ਥੋੜ੍ਹਾ ਜਿਹਾ ਨੇੜੋ ਸਮਝ ਲਏ, ਕਹਿੰਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡੇ ਆਸ, ਹੋ ਸਵਨ ਕੀ ਰੇਣਕਾ ਤੋ ਆਓ ਹਮਾਰਾ ਪਾਸ। ਮਰਨਾ ਜਦੋਂ ਇਸ ਸੰਸਾਰ ਦੇ ਵਿੱਚ ਆ ਗਏ, ਸਾਰਿਆਂ ਤੋਂ ਪਹਿਲਾਂ ਜੋ ਸੱਚ ਆ ਉਹ ਮਰਨਾ ਗਾ, ਉਹਨੂੰ ਕਬੂਲ ਕਰ ਲੈਣਾ ਚਾਹੀਦਾ। ਬੜਾ ਪਰਿਵਾਰ ਦੇ ਉੱਤੇ ਅਸਹਿ ਦੁੱਖਾ ਜੋ ਉਹ ਆਇਆ, ਕੋਈ ਚਿੰਤ ਚੇਤਾ ਵੀ ਨਹੀਂ ਸੀਗਾ। ਜਿਸ ਦਿਨ ਇਹ 3 ਅਗਸਤ ਦੀ ਘਟਨਾ ਵਾਪਰੀ, ਮੇਰੇ ਪਰਮ ਮਿੱਤਰ ਮੇਰੇ ਫੈਮਿਲੀ ਮੈਂਬਰ ਮੈਂ ਰਣਜੀਤ ਦੇ ਨਾਲ, ਇਹਨਾਂ ਦੇ ਸਪੁੱਤਰ ਨੇ, ਉਹਨਾਂ ਦੇ ਨਾਲ ਸੁਬਾਹ 8:30 ਵਜੇ ਗੱਲ ਕੀਤੀ। ਸਾਡੇ ਪਰਿਵਾਰਕ ਗੱਲਾਂ ਬਾਤਾਂ ਦੇ ਵਿੱਚ ਗੱਲਬਾਤ ਤਕਰੀਬਨ ਮੇਰੀ ਇਹਨਾਂ ਦੇ ਨਾਲ 1.5-2 ਘੰਟਾ ਚੱਲੀ ਗਈ। ਔਰ ਮੈਂ ਸਕੂਲ ਟਾਈਮ ਤੋਂ ਬਾਅਦ ਜਦੋਂ ਮੈਂ ਗੱਲ ਕਰਨ ਤੋਂ ਬਾਅਦ ਮੈਨੂੰ ਕਿਸੇ ਪਾਸੋਂ ਇਹ ਖਬਰ ਮਿਲੀ ਵੀ ਇਸ ਤਰ੍ਹਾਂ ਗੱਲ ਹੋ ਗਈ, ਯਕੀਨ ਨਹੀਂ ਸੀ ਆਉਂਦਾ ਵੀ ਇਹ 5 ਮਿੰਟਾਂ ਦੇ ਵਿੱਚ ਜਿਹੜੀ ਸਾਰੀ ਕਹਾਣੀ ਹੈਗੀ ਉਹ ਵਾਪਰ ਜਾਣੀ ਹੈਗੀ। ਪਤਾ ਲੱਗਿਆ, ਸਾਰਾ ਪਿੰਡ ਉੱਥੇ ਪਹੁੰਚਿਆ, ਔਰ ਭਾਵੇਂ ਇਹ ਪਰਿਵਾਰ ਪਿਛਲੇ 20-25 ਸਾਲਾਂ ਤੋਂ ਪਿੰਡ ਭੂਤਨਾ ਦੇ ਵਿੱਚ ਇਹਨਾਂ ਦੀ ਰਹਾਇਸ਼ ਨਹੀਂ, ਪਰ ਫਿਰ ਵੀ ਇਹਨਾਂ ਦੀਆਂ ਜੜ੍ਹਾਂ ਉਹ ਭੂਤਨਿਆਂ ਵਿੱਚ ਨਾ ਰਹਿੰਦੇ ਹੋ ਕੇ ਵੀ ਡੂੰਘੀਆਂ ਨੇ, ਵੱਧ ਨੇ। ਸੋ ਤੁਹਾਡਾ ਜਿਹੜਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਇਆਂ ਨੂੰ ਇਕੱਠ ਦੱਸਦਾ ਗਾ, ਅਤੇ ਇੱਥੋਂ ਪਤਾ ਲੱਗਦਾ ਮਾਸਟਰ ਅਮਰਜੀਤ ਦਾ ਤੁਹਾਡੇ ਨਾਲ ਕਿੰਨਾ ਕੁ ਸਨੇਹ ਸੀ, ਮਾਸਟਰ ਅਮਰਜੀਤ ਜੀ ਤੁਹਾਡੇ ਦਿਲਾਂ ਵਿੱਚ ਕਿੰਨਾ ਕੁ ਵੱਸਦੇ ਸੀ। ਬਹੁਤਾ ਸਮਾਂ ਨਾ ਲੈਂਦਾ ਹੋਇਆ ਮੈਂ ਵੱਖ ਵੱਖ ਜਥੇਬੰਦੀਆਂ ਵੱਲੋਂ ਸੂਗ ਮਤੇ ਆਏ ਹੈਗੇ, ਵੱਖ ਵੱਖ ਬੁਲਾਰੇ ਆਏ ਆ, ਪੋਲੀਟੀਕਲ ਲੀਡਰ ਵੀ ਆਇਆ, ਮੈਂ ਸਾਰਿਆਂ ਨੂੰ ਪੋਲੀਟੀਕਲ ਪੱਖ ਤੋਂ ਨਾ ਹਾਜ਼ਰੀ ਲਵਾਉਂਦਾ ਹੋਇਆ, ਪਰਿਵਾਰਕ ਪੱਖ ਤੋਂ ਮੈਂ ਉਹਨਾਂ ਦੀ ਹਾਜ਼ਰੀ ਲਵਾਊ। ਪਰਵਿੰਦਰ ਸਿੰਘ ਠੀਕਰੀਵਾਲ ਪ੍ਰਧਾਨ SSA ਰਾਮਸਾ, ਇਹਨਾਂ ਦਾ ਸੂਗ ਮਤਾ ਆਇਆ ਜੀ। ਜਸਪ੍ਰੀਤ ਸਿੰਘ, ਕੀਰਤਨ ਸਿੰਘ, ETT ਟੀਚਰ ਯੂਨੀਅਨ, ਸੁਖਦੀਪ ਤਗਰ ਤਪਾ ਜੀ SSA ਪ੍ਰਧਾਨ, ਮਾਸਟਰ ਚਮਕੌਰ ਸਿੰਘ, ਮਾਸਟਰ ਸਤਨਾਮ ਸਿੰਘ ਪ੍ਰਧਾਨ GTU, ਅਮਰਜੀਤ ਸਿੰਘ SCBC ਯੂਨੀਅਨ, ਸਰਪੰਚ ਬੁੱਧ ਸਿੰਘ ਜੀ, ਸਮੁੱਚੀ ਪੰਚਾਇਤ, ਸ੍ਰੀ ਗੁਰੂ ਹਰਗੋਬਿੰਦ ਜੀ ਯਾਦਗਾਰੀ ਕਲੱਬ ਪ੍ਰਧਾਨ, ਉਹਨਾਂ ਦੇ ਨਾਲ ਸਮੁੱਚੀ ਉਹਨਾਂ ਦਾ ਮੈਂਬਰ ਪਹੁੰਚੇ, ਕੁਲਦੀਪ ਕਿੱਪਾ ਜੀ, ਮਾਸਟਰ ਗੁਰਪ੍ਰੀਤ ਸਿੰਘ ਜੀ ਭੂਤਨਾ ਸਿੱਖਿਆ ਪ੍ਰੋਵਾਈਡਰ ਸੂਬਾ ਪ੍ਰਧਾਨ, ਸਰਕਾਰੀ ਪ੍ਰਾਇਮਰੀ ਸਕੂਲ ਉੱਕੇ ਦਾ ਸਮੁੱਚਾ ਸਟਾਫ ਪਹੁੰਚਿਆ ਜੀ ਸੋਗ ਮਤੇ ਦੇ ਲਈ, ਅਤੇ ਸਰਕਾਰੀ ਹਾਈ ਸਕੂਲ ਮੌੜਾਂ ਦਾ ਸਮੁੱਚਾ ਸਟਾਫ ਨੇ ਹਾਜ਼ਰੀ ਲਵਾਈ ਅਤੇ ਸੋਗ ਮਤਾ ਭੇਜ ਰਿਹਾ ਸਾਡੇ ਕੋਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭਦੌੜ ਦਾ ਸਮੁੱਚਾ ਸਟਾਫ ਸੋਗ ਮਤਾ ਵੀ ਭੇਜਿਆ, ਅਤੇ ਸਾਰਿਆਂ ਨੇ ਇੱਥੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਹਾਜ਼ਰੀ ਵੀ ਲਵਾਈ ਆ। ਸਰਦਾਰ ਪ੍ਰਦੀਪ ਸਿੰਘ ਜੀ ਪ੍ਰਿੰਸੀਪਲ ਭਦੌੜ,
ਲੜਕੇ ਸਕੂਲ ਤੋਂ ਤੇ ਸ੍ਰੀ ਸੰਜੇ ਸਿੰਗਲਾ ਜੀ ਪ੍ਰਿੰਸੀਪਲ ਠੀਕਰੀਵਾਲਾ ਕੰਨਿਆ ਸਕੂਲ ਤੋਂ ਸ੍ਰੀ ਰਜੀਵ ਜੀ ਡੀਟੀਐਫ ਤੇ ਇਹਨਾਂ ਦੀ ਸਮੁੱਚੀ ਟੀਮ ਇਹਨਾਂ ਨੇ ਵੀ ਸੋਗ ਮਤਾਏ ਭੇਜਿਆ ਤੇ ਇਹਨਾਂ ਨੇ ਹਾਜ਼ਰੀ ਵੀ ਲਵਾਈ ਹੈ ਸ਼ਰਧਾਂਜਲੀ ਸਮਾਗਮ ਦੇ ਵਿੱਚ। ਹੈੱਡ ਮਾਸਟਰ ਰਣਜੀਤ ਸਿੰਘ ਜੀ ਪੰਜਾਬ ਮਾਡਲ ਸਕੂਲ ਸਹਿਰਾ, ਭਜਨ ਸਿੰਘ ਜੀ ਰਿਟਾਇਰਡ ਬੀਡੀਪੀਓ ਤੇ ਇਹਨਾਂ ਦੇ ਨਾਲ ਆਈ ਸਮੁੱਚੀ ਟੀਮ ਜਿਨ੍ਹਾਂ ਦੇ ਮੈਂ ਨਾਮ ਨਹੀਂ ਲੈ ਸਕਿਆ ਜਾਂ ਮੇਰੇ ਧਿਆਨ ਦੇ ਵਿੱਚੋਂ ਰਹਿ ਗਏ ਹੁਣ, ਉਹਨਾਂ ਸਾਰਿਆਂ ਨੇ ਹੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਪਰਮਾਤਮਾ ਅੱਗੇ ਅਰਦਾਸ ਕੀਤੀ ਹੈਗੀ, ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜਾ ਬਲ ਬਖਸ਼ਣ ਦੀ ਅਰਦਾਸ ਕੀਤੀ ਹੈਗੀ। ਸਮੁੱਚੇ ਜਥੇਬੰਦਗਾਂ ਜੋ ਵੀ ਆਈਆਂ ਨੇ ਇਹਨਾਂ ਵਿੱਚ ਦੋ ਮਤੇ ਹੋਰ ਹੈਗੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਹਨਾਂ ਵੱਲੋਂ ਸ੍ਰੀਮਾਨ ਰਣਜੀਤ ਸਿੰਘ ਜੀ, ਅਸੀਂ ਆਪ ਜੀ ਦੇ ਪਿਤਾ ਮਾਸਟਰ ਅਮਰਜੀਤ ਸਿੰਘ ਸ਼ਾਸਤਰੀ ਜੀ ਦੇ ਅਚਨਚੇਤ ਹੋਈ ਮੌਤ ਅਤੇ ਪਰਿਵਾਰ ਦੇ ਨਾਲ ਖੜੇ ਨੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਵਿਸੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ਣ। ਦੂਸਰਾ ਸੋਗ ਮਤਾ ਇੱਕ ਹੋਰ ਹੈ, ਇਹ ਹੈਗਾ CNB ਟੀਚਰ ਯੂਨੀਅਨ, ਸਾਡੇ ਮਾਸਟਰ ਬਚਰ ਸਿੰਘ ਜੀ ਇਹਨਾਂ ਦੇ ਪ੍ਰਧਾਨ ਨੇ, ਇਹਨਾਂ ਵੱਲੋਂ ਵੀ ਸ਼ਰਧਾਂਜਲੀ ਸਮਾਗਮ ਦੇ ਸੋਗ ਮਤਾ ਭੇਜਿਆ ਤੇ ਆਪਣੇ ਯੂਨੀਅਨ ਦੇ ਨਾਲ ਆਪਣੀ ਹਾਜ਼ਰੀ ਲਵਾਈ ਹੈ ਜੀ। ਸੋਗ ਸੰਦੇਸ਼ ਪ੍ਰੈਸ ਕਲੱਬ ਦਿਰਭਾ ਜ਼ਿਲ੍ਹਾ ਸੰਗਰੂਰ, ਸਾਡੇ ਪੂਜਨੀ ਗੁਰੂ ਜੀ ਪਿਛਲੇ ਦਿਨੀ ਅਚਾਨਕ ਵਿਛੋੜਾ ਦੇ ਗਏ ਸਨ ਸਮੁੱਚੇ ਪ੍ਰੈਸ ਕਲੱਬ ਦਿਰਭਾ ਵੱਲੋਂ, ਉਹਨਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਪਰਿਵਾਰ ਦੇ ਉੱਤੇ ਅੱਗੇ ਵਾਸਤੇ ਮੇਰਾ ਮਰਿਆ ਹੱਥ ਰੱਖੇ ਤੇ ਦੁੱਖ ਆ ਜਿਹੜਾ ਉਹਨੂੰ ਸਹਿਣ ਦਾ ਬਲ ਬਖਸ਼ੇ। ਤੇ ਨਾਲ ਹੀ ਸੋਗਮਤਾ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਰਾਜਪੂਤ ਵੈਲਫੇਅਰ ਰਜਿਸਟਰ ਕਲੱਬ ਬਰਨਾਲਾ, ਮਾਸਟਰ ਅਮਰਜੀਤ ਸਿੰਘ ਸ਼ਾਸਤਰੀ ਦੇ ਅਕਾਲ ਚਲਾਣੇ ਤੇ ਡੂੰਘਾ ਸੋਗ ਵਿਅਕਤ ਕਰਦੇ ਆ। ਸਾਰੇ ਜਿੰਨੇ ਵੀ ਮਤੇ ਆਏ ਹੈਗੇ, ਜੇ ਕਿਸੇ ਨੇ ਹੋਰ ਮਤਾ ਦੇਣਾ ਮੇਰੇ ਧਿਆਨ 'ਚ ਲਿਆ ਦਿਓ। ਸਾਰਿਆਂ ਦਾ ਸਮੁੱਚੇ ਪਰਿਵਾਰ ਦੇ ਵੱਲੋਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਸ਼ਰਧਾਂਜਲੀ ਦੇਣ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਹੋ। ਸਮੁੱਚੇ ਪਰਿਵਾਰ ਵੱਲੋਂ ਮੈਂ ਤੁਹਾਡਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ ਗਾ। ਤੁਸੀਂ ਆਪਣੇ ਕੀਮਤੀ ਸਮਾਂ ਸੜਦੇ ਹੋਏ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੇ ਹੋ। ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਜਿਹੜਾ ਉਹ ਕੀਤਾ ਜਾਣਾ ਗਾ। ਮਾਸਟਰ ਜੀ ਰਣਜੀਤ ਸਿੰਘ ਜੀ ਜੋ ਅਮਰਜੀਤ ਸਿੰਘ ਜੀ ਦੇ ਲੜਕਾ ਨੇ, ਉਹ ਕਹਿੰਦੇ ਸਮੁੱਚੇ ਮਤਲਬ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਤੁਸੀਂ ਆਪ ਧੰਨਵਾਦ ਕਰੋ। ਉਸ ਤੋਂ ਪਹਿਲਾਂ ਕੁਛ ਰਾਸ਼ੀ ਦਾਨ ਕੀਤੀ ਹੈਗੀ। ਇਹ ਦਾਨ ਜਿਹੜਾ ਕੀਤਾ ਹੈਗਾ ਰਾਸ਼ੀ, ਇਹ ਪਰਿਵਾਰ ਵੱਲੋਂ ਪਿੰਡ ਭੋਤਰਿਆਂ ਦੇ ਲਈ ਕਾਫੀ ਅਹਿਮੀਅਤ ਰੱਖਦਾ ਗਾ। ਮੇਰੇ ਕੋਲ ਜਦੋਂ ਮਾਸਟਰ ਰਣਜੀਤ ਸਿੰਘ ਜੀ ਨੇ ਗੱਲ ਕੀਤੀ ਵੀ ਅਸੀਂ ਪਿੰਡ ਦੇ ਲਈ ਜੋ ਵੀ ਸਾਡੇ ਦੇ ਵਿੱਤ ਮੁਤਾਬਕ ਅਸੀਂ ਉਸ ਸ਼ਰਧਾ ਮੁਤਾਬਕ ਦਾਨ ਦੇਣਾ ਚਾਹੁੰਦੇ ਹਾਂ, ਔਰ ਪਿੰਡ ਦੇ ਵਿੱਚ ਕੋਈ ਜਿਹੜੀ ਖਾਸ ਲੋੜ ਹੁੰਦੀ ਹੈਗੀ ਜਿਹਦਾ ਸਾਰੇ ਪਿੰਡ ਨੂੰ ਸਹੂਲਤ ਹੋਵੇ, ਸਾਰਾ ਪਿੰਡ ਨੂੰ ਰਲ ਮਿਲ ਕੇ ਉਸ ਸਹੂਲਤ ਨੂੰ ਮਾਣਦਾ ਹੋਵੇ, ਉਹਦੇ ਲਈ ਤੁਸੀਂ ਮੈਥੋਂ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਪੈਸਾ ਲੈ ਸਕਦੇ ਹੋ ਤੇ ਤੁਸੀਂ ਉਹ ਆਪਣਾ ਜਿਹੜਾ ਕੰਮ ਆ ਚਾਲੂ ਕਰ ਸਕਦੇ ਹੋ। ਮੈਂ ਪਹਿਲਾਂ ਤਾਂ ਧਿਆਨ ਮੈਂ ਸਾਰੇ ਆਪਣੇ ਕਲੱਬ ਵਾਲੇ ਬੰਦਿਆਂ ਦੇ ਨਾਲ ਗੁਰਦੁਆਰਾ ਕਮੇਟੀ ਦੇ ਨਾਲ ਸਾਰਿਆਂ ਨਾਲ ਮੀਟਿੰਗ ਕੀਤੀ ਵੀ ਪਿੰਡ ਦੇ ਵਿੱਚ ਸਾਂਝਾ ਇੱਕ ਜਿਹੜਾ ਸੇਵੇ ਆ ਸੰਸਕਾਰ ਦੇ ਲਈ ਉਹ ਬਣਾਇਆ ਜਾਵੇ, ਔਰ ਉਹਦੇ ਵਿੱਚ ਜਿਹੜੀ ਭੱਠੀ ਹੈਗੀ ਉਹਦਾ ਪ੍ਰਬੰਧ ਕੀਤਾ ਜਾਵੇ। ਉਹ ਕਾਫੀ ਵੱਡਾ ਜਿਹੜਾ ਉਹ ਪ੍ਰੋਜੈਕਟ ਹੁੰਦਾ ਤੇ ਘੱਟੋ ਘੱਟ 10 ਲੱਖ ਰੁਪਇਆ ਨੇੜ ਤੇੜ ਖਰਚਾ ਹੁੰਦਾ। ਔਰ ਮੈਂ ਰਣਜੀਤ ਸਿੰਘ ਕੋਲ ਗੱਲ ਕਰੀ, ਮੈਂ ਕਿਹਾ ਰਣਜੀਤ ਸਿੰਘ ਵੀ ਜਿਹੜੀ ਸਾਰਿਆਂ ਤੋਂ ਵੱਡੀ ਲੋੜ ਹੈ ਜੀ ਉਹ ਇਹ ਹੈਗੀ ਵੀ ਸਿਵਿਆਂ ਦੇ ਲਈ ਭੱਠੀ ਹੈਗੀ ਉਹ ਲਾਉਣੀ ਆ, ਤੇ ਉਹਦੇ ਤੇ ਜਿਹੜਾ ਅਪਰੋਕਸੀਮੇਟਲੀ ਜਿਹੜਾ ਖਰਚਾ ਹੈਗਾ ਤਕਰੀਬਨ 10 ਲੱਖ ਦੇ ਨੇੜ ਆਊਗਾ। ਔਰ ਇਹਨਾਂ ਨੇ ਮੈਨੂੰ ਖਾਲੀ ਚੈੱਕ ਭਰ ਕੇ ਦਿੱਤਾ, ਨਾਮ ਸਾਈਨ ਕਰਤੇ, ਕਹਿੰਦੇ 10 ਲੱਖ ਜੇ, 9 ਲੱਖ ਜੇ, 8 ਲੱਖ ਜੇ, 7 ਸਰ ਜੇ, 11 ਲੱਖ ਜੇ, ਤੁਸੀਂ ਕਹਿਤਾ ਅਸੀਂ ਮੰਨ ਲਿਆ ਪਰਿਵਾਰ ਵੱਲੋਂ, ਤੁਸੀਂ ਕੰਮ ਚਾਲੂ ਕਰੋ। ਉਸ ਤੋਂ ਬਾਅਦ ਜਦੋਂ ਉਸ ਬਾਰੇ ਗੱਲਬਾਤ ਸ਼ੁਰੂ ਕੀਤੀ ਤਾਂ ਉੱਥੇ ਉਹਨੂੰ ਮੀਟਿੰਗ ਨੂੰ ਕਾਫੀ ਸਮਾਂ ਲੱਗਣਾ ਸੀਗਾ, ਔਰ ਰਣਜੀਤ ਸਿੰਘ ਦਾ ਜੋ ਮਨ ਦੀ ਇੱਛਾ ਸੀ ਇਹ ਕਹਿੰਦੇ ਸੀਗੇ ਵੀ ਭੋਗ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਕੰਮ ਹੋਣਾ ਚਾਹੀਦਾ ਜਿਹੜਾ ਆਪਾਂ ਪਿੰਡ ਦੇ ਵਿੱਚ ਬਾਪੂ ਜੀ ਦੇ ਨਾਂ ਦੇ ਉੱਤੇ ਦੱਸ ਸਕੀਏ ਵੀ ਬਾਪੂ ਜੀ ਵੀ ਸਾਡੇ ਭਾਵੇਂ ਆਤਮਕ ਤੌਰ 'ਤੇ ਜਿਉਂਦੇ ਨੇ, ਸਰੀਰਕ ਤੌਰ 'ਤੇ ਚਲੇ ਗਏ, ਵੀ ਉਹ ਇੱਥੇ ਜਿਉਂਦੇ ਜਾਗਦੇ ਦਿਖਣ। ਸੋ ਇਹਦੇ ਉੱਤੇ ਸਹਿਮਤੀ ਨਾ ਮਿਲੀ ਹਜੇ, ਉਹਨੂੰ ਅਸੀਂ ਸਾਈਡ 'ਤੇ ਰੱਖ ਲਿਆ। ਫਿਰ ਸਾਡੇ ਕੋਲ ਦੂਸਰਾ ਮੁੱਦਾ ਆਇਆ ਸੀਗਾ ਵੀ ਸਾਡੇ ਨਵੀਂ ਸੜਕ ਬਣੀ ਹੈਗੀ NH 703, ਉਹਦੇ ਉੱਤੇ ਬੱਸ ਸਟੈਂਡ ਸੀ ਜਿਹੜਾ ਪਹਿਲਾਂ ਬਣਿਆ ਹੋਇਆ ਸੀ ਉਹ ਢਹਿ ਗਿਆ ਸੀਗਾ,
ਅਸੀਂ ਇਹਨਾਂ ਕੋਲ ਕਿਹਾ ਵੀ ਚਲੋ ਤੁਸੀਂ ਪੈਸੇ ਉੱਥੇ ਲਾ ਦਿਓ। ਸਰਪੰਚ ਸਾਹਿਬ ਜੀ ਬੈਠੇ ਆ ਇੱਥੇ ਬਹੁਤ ਸਿੰਘ ਜੀ, ਅਸੀਂ ਇਹਨਾਂ ਨਾਲ ਗੱਲ ਕੀਤੀ ਵੀ ਸਰਪੰਚ ਸਾਹਿਬ ਜੀ ਸਾਥੋਂ ਪੈਸਾ ਤੁਸੀਂ ਉੱਥੇ ਲਵਾ ਲਓ, ਬਾਪੂ ਜੀ ਦੇ ਨਾਂ 'ਤੇ ਬੱਸ ਸਟੈਂਡ ਬਣਾ ਦਿਓ। ਔਰ ਇਹਨਾਂ ਨੇ ਕਿਹਾ, ਕਹਿੰਦੇ ਵੀ ਸਾਨੂੰ ਉੱਥੋਂ ਮਹਿਕਮੇ ਤੋਂ ਚਿੱਠੀ ਆਈ ਜਾਵੇ ਪੰਚਾਇਤ ਨੂੰ ਵੀ ਹਜੇ ਜਿਹੜੀ ਉਹ ਵੱਡੀ ਸੜਕ ਬਣੀ ਹੈਗੀ ਉਹਦੇ ਨਾਲ ਇੱਕ ਲਿੰਕ ਰੋਡ ਹੋਰ ਕੱਢਣਾ, ਵੀ ਜੇ ਆਪਾਂ ਬੱਸ ਸਟੈਂਡ ਉੱਥੇ ਬਣਾ ਤਾ ਵੀ ਉਹ ਫੇਰ ਤਾਂ ਜੂਗਾ ਬਾਪੂ ਜੀ ਦੀ ਜਗ੍ਹਾ ਜੀ ਯਾਦ ਵਿੱਚ ਲਾਏ ਹੋਏ ਜਿਹੜੇ ਪੈਸੇ ਅਸੀਂ ਬੇਕਾਰ ਜਾਣਗੇ। ਅਸੀਂ ਉਸ ਪ੍ਰੋਗਰਾਮ ਨੂੰ ਵੀ ਪੈਂਡਿੰਗ ਰੱਖ ਲਿਆ। ਫਿਰ ਸਾਡੇ ਕੋਲ ਤੀਜੀ, ਅਸੀਂ ਸੋਚਿਆ ਵੀ ਪਿੰਡ ਦੇ ਵਿੱਚ ਹੋਰ ਜਗ੍ਹਾ 'ਤੇ ਪੈਸਾ ਕਿੱਥੇ ਲੱਗ ਸਕਦਾ। ਫਿਰ ਅਸੀਂ ਤੀਜਾ ਜਿਹੜਾ ਪੈਸਾ ਜੇ ਲਾਇਆ ਉਹਦੇ ਵਿੱਚੋਂ ਸਾਡੇ ਕੋਲ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਜਗ੍ਹਾ ਬੱਚਿਆਂ ਦੇ ਖੇਡਣ ਲਈ ਥੋੜ੍ਹੀ ਸੀ, ਕਮਰੇ ਬਹੁਤ ਵਧੀਆ, ਬਿਲਡਿੰਗ ਬਹੁਤ ਵਧੀਆ, ਪਰ ਬੱਚਿਆਂ ਦੇ ਖੇਡਣ ਦੇ ਲਈ ਜਗ੍ਹਾ ਹੈ ਨਹੀਂ ਸੀ। ਅਸੀਂ ਇੱਕ ਪਰਿਵਾਰ ਦਾ ਨਾਂ ਥਾਂ ਲੱਗਦਾ, ਅਸੀਂ ਉਹਨਾਂ ਕੋਲ ਗੱਲ ਕੀਤੀ, ਮੈਂ ਅਤੇ ਬਹੁਤ ਸਿੰਘ ਸਰਪੰਚ ਜੀ ਬੈਠੇ ਨੇ ਉਹਨਾਂ ਦੇ ਘਰੇ ਗਏ, ਉਹਨਾਂ ਨੇ ਮਿਹਨਤ ਤਰਲਾ ਕੀਤਾ ਵੀ ਤੁਸੀਂ ਸਾਨੂੰ ਕਿਵੇਂ ਨਾ ਕਿਵੇਂ ਜਗ੍ਹਾ ਲਾਜ਼ਮੀ ਦਿਓ। ਉਹ ਕਹਿੰਦੇ ਜੀ ਚਲੋ ਜੋ ਤੁਸੀਂ ਪੰਚਾਇਤ ਆ ਗਏ, ਸਾਰੇ ਕਲੱਬ ਵਾਲੇ ਆ ਗਏ, ਗੁਰਦੁਆਰਾ ਕਮੇਟੀ ਨਾਲ ਤੁਰੀ ਫਿਰਦੀ ਹੈ, ਅਸੀਂ ਤੁਹਾਨੂੰ ਮੋੜ ਨਹੀਂ ਸਕਦੇ, ਤੁਸੀਂ ਕੋਈ ਗੱਲ ਥਾਂ ਲੈ ਲਓ। ਉਹਨਾਂ ਨੇ ਲੱਖ ਰੁਪਏ ਦੇ ਹਿਸਾਬ ਦੇ ਨਾਲ ਦਸੂਬੇ ਦੇ ਨਾਲ ਥਾਂ ਗੱਲ ਕੀਤੀ ਸੀ ਸਾਡੇ ਨਾਲ। ਔਰ ਅਸੀਂ ਉਹਨਾਂ ਨੂੰ ਪਹਿਲਾਂ ਤਾਂ 90 'ਤੇ ਲਿਆਂਦਾ, ਫਿਰ 80 'ਤੇ ਲੈ ਕੇ ਆਉਂਦਾ, 80 ਤੋਂ ਆਉਂਦੇ ਆਉਂਦੇ ਉਹਦੇ ਬਾਅਦ ਸਰਦਾਰ ਬਹੁਤ ਸਿੰਘ ਜੀ ਬੋਲ ਪਏ, ਕਹਿੰਦੇ ਚਲੋ ਅਸੀਂ ਤਾਂ 75,000 ਰੁਪਏ ਦੇਣਾਗਾ। ਮੇਵਾ ਸਿੰਘ ਜੀ ਸਾਈਡ ਇੱਥੇ ਬੈਠੇ ਹੋਣ, ਔਰ 77 ਦੇ ਉੱਤੇ ਸਾਡਾ ਸੌਦਾ ਚੜਿਆ, 4 ਵਿਸਵੇ ਜਗ੍ਹਾ ਪ੍ਰਾਇਮਰੀ ਸਕੂਲ ਨੂੰ ਲੈ ਕੇ ਦਿੱਤੀ ਉਹ। ਉਸ ਤੋਂ ਬਾਅਦ ਸਰਪੰਚ ਸਾਹਿਬ ਦਾ ਹੁਕਮ ਵੀ ਉਸ ਪਰਿਵਾਰ ਨੂੰ ਇੱਕ ਵਿਸਵਾ ਉਹਨਾਂ ਤੋਂ ਹੋਰ ਛੜਾਇਆ ਵੀ ਤੁਸੀਂ 4 ਵਿਸਵੇ ਅਸੀਂ ਲੈ ਕੇ ਦੇ ਰਹੇ ਹਾਂਗੇ। ਮਾਸਟਰ ਰਣਜੀਤ ਸਿੰਘ ਜੀ ਆਪਦੇ ਬਾਪੂ ਜੀ ਦੀ ਯਾਦ ਵਿੱਚ ਉਹ ਜਗ੍ਹਾ ਲੈ ਕੇ ਦੇ ਰਹੇ ਆ, ਔਰ ਇੱਕ ਵਿਸਵਾ ਤੁਸੀਂ ਛੱਡੋ। ਔਰ ਉਹਨਾਂ ਨੇ ਇੱਕ ਵਿਸਵਾ ਪ੍ਰਾਇਮਰੀ ਸਕੂਲ ਦੇ ਲਈ ਹੋਰ ਛੱਡਤਾ, ਸਾਡੇ ਕੋਲ 5 ਵਿਸਵੇ ਆ ਜਿਹੜੇ ਉਹ ਹੋ ਗਏ। ਇੱਕ ਤਾਂ ਇਹਦੀ ਜਿਹੜੀ ਸਾਰੀ ਰਾਸ਼ੀ ਬਣੀ ਸੀਗੀ 4 ਵਿਸਵੇ 3,10,000 ਰੁਪਇਆ, ਉਹ ਅਸੀਂ ਉਹਨੂੰ ਨਕਦ ਕੈਸ਼ ਦੇਤਾ। ਉਸ ਤੋਂ ਬਾਅਦ ਸਾਡੇ ਕੋਲ ਜਿਹੜੇ ਇਹਨਾਂ ਨੇ ਹੋਰ ਪਿੰਡ ਦੇ ਵਿੱਚ ਦਾਨ ਕੀਤੇ ਹੈਗੇ, ਮੈਂ ਤੁਹਾਨੂੰ ਨਾਮ ਬੋਲ ਰਿਹਾ ਗਾ। ਬਾਬਾ ਜੀਵਨ ਸਿੰਘ ਜੀ ਮੁਹੱਲੇ ਦੇ ਸਿਰੇ ਉੱਥੇ ਸ਼ੈੱਡ ਪਾਉਣਾ ਗਿਆ, ਸਿਰ ਢਕਾ ਹੋਇਆ ਸੀਗਾ, ਅਤੇ ਉੱਥੇ ਜਿਹੜੀ ਹੋਰ ਜੋ ਵੀ ਉੱਥੋਂ ਦੀ ਕਮੇਟੀ ਮੁਰੰਮਤ ਲਈ ਕਹੂਗੀ ਉਹਦੇ ਲਈ ਵੀ ਪਰਿਵਾਰ ਨੇ ਹਾਮੀ ਭਰੀ ਹੈਗੀ, ਅਸੀਂ ਕਰਵਾ ਕੇ ਦੇਵਾਂਗੇ। ਗੁਰਦੁਆਰਾ ਪਾਤਸ਼ਾਹ ਦੀ ਸੇਵ ਜਿੱਥੇ ਤੁਸੀਂ ਸਾਰੇ ਸੰਗ ਗੁਰੂ ਵਿੱਚ ਜੁੜ ਬੈਠੇ ਹੋ, ਇਹਨਾਂ ਦੇ ਲਈ 2 ਭੱਠੀਆਂ ਦਾਨ ਕੀਤੀਆਂ ਇਹਨਾਂ ਨੇ। ਅਤੇ ਉਸ ਤੋਂ ਬਾਅਦ ਇੱਕ ਇਹਨਾਂ ਨੇ ਜਿਹੜਾ ਇਹਨੇ ਘੱਟੋ ਘੱਟ ਪਿੰਡ ਦੇ ਲਈ ਕੋਈ ਚੰਗਾ ਜਿਹੜੇ 4-5 ਕੰਮ ਕੀਤੇ ਆਏ, ਇਹਦੇ ਵਿੱਚ ਇੱਕ ਸਾਰਾ ਤੋਂ ਵੱਡੀ ਗੱਲ ਕੀ ਹੋਈ ਹੈ ਵੀ ਪਰਿਵਾਰ ਵੱਲੋਂ ਇੱਕ ਸੁਸਾਇਟੀ ਬਣਾਈ ਗਈ ਹੈ। ਉਹ ਸੁਸਾਇਟੀ ਦੇ ਵਿੱਚ ਕੀ ਹੈਗਾ ਵੀ ਨੇੜੇ ਤੇੜੇ ਸਕੂਲਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਬਾਪੂ ਜੀ ਦੇ ਬਰਸੀ ਦੇ ਉੱਤੇ ਕੰਪੀਟੀਸ਼ਨ ਕਰਾਇਆ ਕਰਾਂਗੇ, ਮੁਕਾਬਲੇ ਕਰਾਇਆ ਕਰਾਂਗੇ, ਜਿਹੜੇ ਬੱਚੇ ਪਹਿਲੇ ਦੂਜੇ ਤੇ ਤੀਜੇ ਨੰਬਰ ਦੇ ਉੱਤੇ ਸਥਾਨ ਦੇ ਉੱਤੇ ਆਏ ਵਧੀਆ ਪੜ੍ਹਦੇ ਹੋਏ, ਇਸ ਪਰਿਵਾਰ ਵੱਲੋਂ ਉਸ ਸੁਸਾਇਟੀ ਦੇ ਰੂਪ ਵਿੱਚ ਉਹਨਾਂ ਦੀ ਜਿਹੜੀ ਪੜ੍ਹਾਈ ਹੈਗੀ ਉਹ +2 ਤੱਕ ਹੈ ਜਿਹੜੀ ਉਹ ਅਡਾਪਟ ਕਰਨਗੇ, ਪਹਿਲੀ ਕਲਾਸ ਤੋਂ ਲੈ ਕੇ ਜਾਂ 10ਵੀਂ ਤੋਂ ਲੈ ਕੇ ਜਾਂ 8ਵੀਂ ਤੋਂ ਲੈ ਕੇ। ਇਹ ਹਜੇ ਫੈਸਲਾ ਕੀਤਾ ਜਾਣਾ ਵੀ 8ਵੀਂ ਤੋਂ ਕਰੀਏ ਸ਼ੁਰੂ ਜਾਂ 1ਵੀਂ ਤੋਂ ਕਰੀਏ ਸ਼ੁਰੂ, ਅਤੇ +2 ਤੱਕ ਗੱਲ ਕਲੀਅਰ ਆ ਵੀ ਉਹ ਬੱਚਿਆਂ ਦੀ ਜਾਂ ਬੱਚੀਆਂ ਜਾਂ ਬੱਚੇ ਉਹਨਾਂ ਦੀ ਜਿਹੜੀ ਪੜ੍ਹਾਈ ਹੈਗੀ ਉਹ ਇਹ ਪਰਿਵਾਰ ਆ ਜਿਹੜਾ ਅਡਾਪਟ ਕਰੂ ਸੁਸਾਇਟੀ ਦੇ ਰੂਪ ਦੇ ਵਿੱਚ। ਉਸ ਤੋਂ ਬਿਨਾਂ ਗੁਰਦੁਆਰਾ ਪਾਤਸ਼ਾਹੀ ਗੁਰਦੁਆਰਾ ਬਾਬਾ ਸਿੱਧ ਪੋਹੀ ਦੇ ਲਈ ਇਹਨਾਂ ਵੱਲੋਂ ਦਾਨ 500 ਰੁਪਇਆ, ਬਾਬਾ ਮਾਨ ਸਿੰਘ ਜੀ ਦੀ ਗੱਦੀ ਲਈ 500 ਰੁਪਇਆ, ਭਗਤ ਰਵਿਦਾਸ ਯਾਦਗਾਰੀ ਧਰਮਸ਼ਾਲਾ ਦੇ ਲਈ 500 ਰੁਪਇਆ, ਬਾਬਾ ਜੀਵਨ ਸਿੰਘ ਯਾਦਗਾਰੀ ਧਰਮਸ਼ਾਲਾ ਦੇ ਲਈ 1,000 ਰੁਪਇਆ, ਬਾਬਾ ਸੰਗਤ ਸਿੰਘ ਜੀ ਯਾਦਗਾਰੀ ਧਰਮਸ਼ਾਲਾ ਦੇ ਲਈ 1,000 ਰੁਪਇਆ, ਨਿਹੰਗਾ ਸਿੰਘਾਂ ਦੀ ਸੋਨੇ ਦੇ ਲਈ 500 ਰੁਪਇਆ, ਸਰਕਾਰੀ ਹਾਈ ਸਕੂਲ ਭੋਤਲਾ ਦੇ ਲਈ 500 ਰੁਪਇਆ, ਡੇਰਾ ਬਾਬਾ ਹਰੀਦਾਸ ਦੇ ਲਈ 500 ਰੁਪਇਆ, ਇੱਕ ਸਾਡੇ ਇੱਥੇ ਮੁਸਲਮਾਨਾਂ ਦੀਆਂ ਮਸੀਤਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਲਈ 500 ਰੁਪਇਆ, ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਉਹ ਕਮੇਟੀ ਦੇ ਰੂਪ ਵਿੱਚ ਕੰਮ ਕਰਦੀ ਹੈਗੀ, ਅਤੇ ਭਗਵੰਤ ਯਾਦਗਾਰੀ ਉਹਨਾਂ ਦੇ ਲਈ 500 ਰੁਪਇਆ। ਪਰਿਵਾਰ ਵੱਲੋਂ ਦਿੱਤੇ ਹੋਏ ਦਾਨ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਵਾਹਿਗੁਰੂ ਇਹਨਾਂ ਦਿੱਤਾ ਹੋਇਆ ਦਾਨ ਲੈ ਕੇ ਚਲਾਵੇ ਅਤੇ ਪਰਿਵਾਰ ਨੂੰ ਪਿੱਛੇ ਭਾਣਾ ਮੰਨਣ ਦਾ ਬਲ ਬਖਸ਼ੇ। ਜੇ ਆਪਾਂ ਮਾਸਟਰ ਰਣਜੀਤ ਸਿੰਘ ਦੇ ਜੋ ਪਿਤਾ ਜੀ ਆ ਉਹਨਾਂ ਦੇ ਨਿਮਿੱਤ ਆਪਾਂ ਸੱਚੀ ਸ਼ਰਧਾਂਜਲੀ ਕੀ ਹੈ ਆਪਾਂ ਸਾਰੇ ਦੇਣ ਆਏ ਹਾਂਗੇ, ਸੱਚੀ ਸ਼ਰਧਾਂਜਲੀ ਇਹੀ ਆ। 2 ਜਿਹੜੀਆਂ ਝਲਕੀਆਂ ਉਹਨਾਂ ਦੇ ਜੀਵਨ ਦੀਆਂ ਗੱਲਾਂ ਕਰਦਾ ਹੋਇਆ ਤੁਹਾਡੇ ਨਾਲ ਸਾਂਝੀਆਂ ਕਰਾਂ ਮੈਂ। ਅੱਜ ਕੱਲ੍ਹ ਦੇ ਜਿਹੜੇ ਸਾਡੀ ਨਵੀਂ ਯੂਥ ਹੈਗੀ
ਉਹ ਅੱਜ ਬਾਹਰ ਪੜ੍ਹਨ ਜਾਂਦੀ ਹੈ, ਵਿਦੇਸ਼ਾਂ 'ਚ ਪੜ੍ਹਨ ਜਾਂਦੀ ਹੈ ਵੀ ਆਪਣਾ ਵਧੀਆ ਫਿਊਚਰ ਦੇ ਲਈ, ਕਿਉਂਕਿ ਸਰਕਾਰਾਂ ਇੱਥੋਂ ਦੀਆਂ ਤੁਹਾਨੂੰ ਪਤਾ ਹੀ ਆ ਵੀ ਆਪਣੇ ਨੌਜਵਾਨ ਯੂਥ ਨੂੰ ਨਹੀਂ ਸਮਝਦੀਆਂ। ਤੁਸੀਂ ਦੇਖੋ ਵੀ ਇੱਕ ਐਜੂਕੇਸ਼ਨ ਦੇ ਨਾਲ ਜੁੜਿਆ ਹੋਇਆ ਪਰਿਵਾਰ ਅੱਜ ਆਪਣੀ ਵਿਦੇਸ਼ਾਂ ਵਿੱਚ ਜਾਣ ਦੀ ਹੋੜ ਆ। ਔਰ ਇਹ ਸਾਡੇ ਸਤਿਕਾਰਯੋਗ ਮਾਸਟਰ ਅਮਰਜੀਤ ਸਿੰਘ ਜੀ ਜਦੋਂ 6ਵੀਂ 7ਵੀਂ 'ਚ ਪੜ੍ਹਦੇ ਹੁੰਦੇ ਸੀ, ਉਦੋਂ ਇੱਕ ਜਿਵੇਂ ਹੁਣ ਨਵੋਦਿਆ ਵਿਦਿਆਲਿਆ ਦੇ ਟੈਸਟ ਲੈਂਦੇ ਹੈਗੇ, ਉਦੋਂ ਇੱਕ ਟੈਸਟ ਲੈਂਦੇ ਹੁੰਦੇ ਬੱਚਾ ਕੰਪਨੀ। ਉਹਦੇ ਵਿੱਚ ਕੀ ਹੁੰਦਾ ਸੀਗਾ ਵੀ ਉਹਦਾ ਟੈਸਟ ਸੀ, ਮੈਂ ਇਸ ਜੀਵਨ ਦੀ ਝਲਕੀ ਨੂੰ ਮਾਸਟਰ ਆਪਣੇ ਜਗਰਾਜ ਸਿੰਘ ਜੀ ਤੋਂ ਪੁੱਛਿਆ, ਉਹ ਕਹਿੰਦੇ ਉਹਨਾਂ ਨੇ 6ਵੀਂ 7ਵੀਂ ਦੇ ਵਿੱਚ ਆਰਮੀ 'ਚ ਭਰਤੀ ਹੋਣ ਦੇ ਲਈ ਇੱਕ ਸਕੂਲ ਦਾ ਟੈਸਟ ਦਿੱਤਾ, ਉਸ ਟੈਸਟ ਦੇ ਵਿੱਚ ਪਾਸ ਹੋਏ ਅਤੇ ਪੂਨੇ ਨਾਲੇ ਤਾਂ ਪੜ੍ਹਾਈ ਕਰਨ ਚਲੇ ਗਏ ਅਤੇ ਨਾਲ ਦੇ ਨਾਲ ਪੜ੍ਹਾਈ ਤੋਂ ਬਾਅਦ ਬੀ ਏ ਉੱਥੇ ਕੀਤੀ ਅਤੇ ਨਾਲ ਦੇ ਨਾਲ ਉੱਥੇ ਉਹ ਆਰਮੀ ਦੇ ਵਿੱਚ ਸਲੈਕਟ ਹੋਏ। ਉਸ ਤੋਂ ਬਾਅਦ ਉੱਥੋਂ ਰਿਟਾਇਰਮੈਂਟ ਲੈ ਕੇ ਇਹਨਾਂ ਨੇ ਸਮਾਜ ਸੇਵਾ ਦੇ ਕੰਮ, ਬਾਬਾ ਭਗਵਾਨ ਦਾਸ ਜੀ ਬੈਠੇ ਹੈਗੇ, ਮੈਂ ਇਹਨਾਂ ਨਾਲ ਵੀ 2000 ਤੋਂ ਜੁੜਿਆ ਹੋਇਆ। ਇਹਨਾਂ ਨੇ ਜਦੋਂ ਵੀ ਬਾਬਾ ਭਗਵਾਨ ਦਾਸ ਜੀ ਨੇ ਕੋਈ ਕੈਂਪ ਲਗਾਉਣਾ, ਅੱਖਾਂ ਦਾ ਕੈਂਪ ਲਗਾਉਣਾ, ਜਾਂ ਅਸੀਂ ਕਹਿ ਦਿੰਦੇ ਵੀ ਭਾਈ ਮਾਸਟਰ ਜੀ ਸਕੂਲ ਦੇ ਵਿੱਚ ਵਰਦੀਆਂ ਦੇਣੀਆਂ ਨੇ ਜਾਂ ਬੂਟ ਦੇਣੇ ਨੇ, ਤਾਂ ਇਹ ਪਰਿਵਾਰ ਆ ਜਿਹੜਾ ਮਾਸਟਰ ਜੀ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਰਿਹਾ ਗਿਆ। ਔਰ ਸਾਨੂੰ ਇਹਨਾਂ ਦੇ ਜਾਣ ਦੇ ਉੱਤੇ ਜਿੱਥੇ ਪਰਿਵਾਰ ਨੂੰ ਬਹੁਤ ਜ਼ਿਆਦਾ ਵੱਡਾ ਦੁੱਖ ਲੱਗਿਆ ਅਤੇ ਘਾਟਾ ਪਿਆ, ਉੱਥੇ ਮੈਂ ਸਮਝਦਾ ਸਮੁੱਚੇ ਇਲਾਕੇ ਨੂੰ ਅਤੇ ਸਮੁੱਚੇ ਪਿੰਡ ਨੂੰ ਬਹੁਤ ਵੱਡਾ ਘਾਟਾ ਪਿਆ ਵੀ ਐਡੇ ਦਾਨੀ ਸੱਜਣ ਜਿਹੜੇ ਗਰੀਬ ਲੋਕਾਂ ਦੀ ਬਾਂਹ ਫੜਦੇ ਸੀ, ਜਿਹੜੇ ਗਰੀਬ ਲੋਕਾਂ ਦੀ ਨਾਲ ਖੜਦੇ ਸੀ, ਅੱਜ ਉਹਨਾਂ ਦਾ ਇੱਕ ਤਰ੍ਹਾਂ ਦਾ ਮਸੀਹਾ ਚਲਿਆ ਜਾਣਾ, ਸੱਚਮੁੱਚ ਸਾਡੇ ਸਾਰਿਆਂ ਦੇ ਲਈ ਬੜਾ ਵੱਡਾ ਘਾਟਾ ਗਾ। ਮੈਂ ਬੇਨਤੀ ਕਰਦਾ ਉਹਨਾਂ ਦੇ ਸਪੁੱਤਰ ਮਾਸਟਰ ਰਣਜੀਤ ਸਿੰਘ ਜੀ ਨੂੰ, ਉਹ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਆਪਣੇ ਸ਼ਬਦਾਂ ਦੇ ਵਿੱਚ ਕਰਨਗੇ। ਔਰ ਮੈਂ ਨਾਲ ਬੇਨਤੀ ਕਰਦਾ ਵੀ ਮਾਸਟਰ ਰਣਜੀਤ ਸਿੰਘ ਉਹ ਨਾਲ ਦੇ ਨਾਲ ਧੰਨਵਾਦ ਜਿਹੜੇ ਸਮੁੱਚੇ ਪੱਤਰਕਾਰ ਜੋ ਵੀ ਕਵਰਿੰਗ ਕਰ ਰਹੇ ਉਹਨਾਂ ਦਾ ਧੰਨਵਾਦ ਕਰਨ ਮਾਸਟਰ ਰਣਜੀਤ ਸਿੰਘ ਜੀ। ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਕੱਤਰ ਹੋਏ ਸਾਰੇ ਰਿਸ਼ਤੇਦਾਰ ਰਾਮ ਰਹੇ ਅਤੇ ਪਿਆਰੇ ਮਿੱਤਰ ਅਤੇ ਭਗਵਾਨ ਦੇ ਸੱਜਣ ਬੈਠ ਕੇ ਉਹਨਾਂ ਦੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਦੇ ਇਸ ਬੜੀ ਦੁਖਦ ਘਟਨਾ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਭਾਵੇਂ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਬੱਚੇ ਨੂੰ ਮੈਂ ਖੁਦ ਧੰਨਵਾਦ ਕਰੂੰਗਾ, ਇਹਨਾਂ ਦੇ ਜਿਹੜੀ ਦਿਲੀ ਇੱਛਾ ਸੀ ਧੰਨਵਾਦ ਕਰਨ ਦੀ ਉਹ ਇਹ ਸੀ ਵੀ ਪਰਿਵਾਰ ਪਿੰਡ ਨੇ ਇਸ ਦੁੱਖ ਘਟਨਾ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ। ਔਰ ਇਹਨਾਂ ਦੀ ਦਿਲੀ ਇੱਛਾ ਸੀ ਵੀ ਮੈਂ ਆਪ ਖੜਾ ਹੋ ਕੇ ਧੰਨਵਾਦ ਕਰੂੰ, ਉਹਨਾਂ ਨੇ ਮੈਨੂੰ ਕਿਹਾ ਸੀ ਵੀ ਸਾਹਿਬ ਜੀ ਬੋਲਿਆ ਗਿਆ। ਪਰ ਆਪਾਂ ਨੂੰ ਪਤਾ ਵੀ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਸਟੇਜ ਉੱਤੇ ਤਾਂ ਕੋਈ ਜਿਗਰੇ ਵਾਲੀ ਬੋਲ ਸਕਦਾ ਗਾ, ਬੜਾ ਦੁੱਖ ਲੱਗਿਆ। ਔਰ ਮੈਂ ਮਾਸਟਰ ਰਣਜੀਤ ਸਿੰਘ ਜੀ ਅਤੇ ਸਮੁੱਚੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਰਿਸ਼ਤੇਦਾਰ ਦੋਸਤ ਮਿੱਤਰ ਪਿੰਡ ਵਾਲੇ ਜੋ ਵੀ ਬਾਹਰੋਂ ਪੱਤਰਕਾਰ ਸਾਹਿਬਾਨ ਜਿੰਨੇ ਵੀ ਇਸ ਪ੍ਰੋਗਰਾਮ ਨੂੰ ਕਵਰਿੰਗ ਕਰ ਰਹੇ ਨੇ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਖੜੇ ਹੋ, ਪਰਿਵਾਰ ਦੇ ਨਾਲ ਖੜੇ ਹੋ ਅਤੇ ਤੁਸੀਂ ਸਾਰਿਆਂ ਨੇ ਆਪਣਾ ਕੀਮਤੀ ਸਮਾਂ ਛੱਡਦੇ ਹੋਏ ਇਸ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਦੇ ਲਈ ਆਪਣਾ ਸਮਾਂ ਕੱਢਿਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਪਰਿਵਾਰ ਵੱਲੋਂ ਬੇਨਤੀ ਹੈਗੀ ਪਹਿਲਾਂ ਦੇਗ ਵਰਤੇਗੀ, ਦੇਗ ਤੋਂ ਬਾਅਦ ਪ੍ਰਸ਼ਾਦਾ ਪਾਣੀ ਲੰਗਰ ਤਿਆਰ ਆ, ਜੋ ਵੀ ਮਾਈ ਭਾਈ ਜਿਹਨੇ ਵੀ ਨਹੀਂ ਛਕਿਆ ਹਾਲ ਤੱਕ ਉਹ ਕਿਰਪਾ ਕਰਕੇ ਲਾਜ਼ਮੀ ਉਹ ਜਲ ਪਾਣੀ ਪ੍ਰਸ਼ਾਦਾ ਜ਼ਰੂਰ ਛਕ ਕੇ ਜਾਇਆ ਜੀ, ਇਹ ਪਰਿਵਾਰ ਵੱਲੋਂ ਬੇਨਤੀ ਆ। ਔਰ ਦੂਸਰੀ ਬੇਨਤੀ ਪਰਿਵਾਰ ਵੱਲੋਂ ਇਹ ਆ ਵੀ ਪਰਿਵਾਰ ਭੋਗ ਪੈਣ ਤੋਂ ਬਾਅਦ ਸਮੁੱਚੇ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਬੈਠੂ ਬੈਠਣਗੇ ਅਤੇ ਕਿਸੇ ਵੀ ਰਿਸ਼ਤੇਦਾਰ ਨੇ ਜੇ ਉਹਨਾਂ ਨਾਲ ਕੋਈ ਹੁਣ ਇਸ ਤੋਂ ਬਾਅਦ ਮਿਲ ਕੇ ਜਾਣਾ, ਦੁੱਖ ਸੁੱਖ ਸਾਂਝਾ ਕਰਕੇ ਜਾਣਾ, ਤਾਂ ਉਹ ਪਰਿਵਾਰ ਸਮੁੱਚੇ ਰੂਪ ਦੇ ਵਿੱਚ ਇੱਥੇ ਬੈਠਣਗੇ ਅਤੇ ਸਾਰਿਆਂ ਨੂੰ ਬੇਨਤੀ ਆ ਵੀ ਚਾਹ ਦਾ ਲੰਗਰ ਵੀ ਤਿਆਰ ਆ, ਪ੍ਰਸ਼ਾਦੇ ਦਾ ਲੰਗਰ ਵੀ ਤਿਆਰ ਆ, ਸਾਰਿਆਂ ਨੇ ਲਾਜ਼ਮੀ ਛਕ ਕੇ ਜਾਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।